ਦੋਸਤੋ ਭਾਰਤ ਦੇ ਵਿੱਚ ਸ਼ੇਰ ਪਿੰਜਰੇ ਦੇ ਵਿੱਚ ਕੈਦ ਹੁੰਦੇ ਹਨ ਤਾਂ ਬੰਦੇ ਖੁੱਲ੍ਹੇ ਘੁੰਮਦੇ ਹਨ, ਪਰ ਚਾਈਨਾ ਇੱਕ ਐਸਾ ਦੇਸ਼ ਹੈ ਜਿੱਥੇ ਕਿ ਚਿੜੀਆ ਘਰ ਦੇ ਵਿੱਚ ਸ਼ੇਰਾਂ ਨੂੰ ਖੁੱਲ੍ਹੇ ਆਮ ਘੁਮਾਇਆ ਜਾਂਦਾ ਹੈ ਅਤੇ ਜਿਹੜੇ ਸੈਲਾਨੀ ਹੁੰਦੇ ਹਨ ਉਹਨਾਂ ਨੂੰ ਵਧੀਆ ਇੱਕ ਬੱਸ ਦੇ ਵਿੱਚ ਜਿਹੜੀ ਪੂਰੀ ਸੇਫਟੀ ਵੈਨ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਘੁਮਾਇਆ ਜਾਂਦਾ ਤਾਂ ਕਿ ਚੰਗੀ ਤਰ੍ਹਾਂ ਸ਼ੇਰ ਦੀ ਜਾਂ ਚੀਤਾ ਜੋ ਵੀ ਉਹਨਾਂ ਦੇ ਨੇੜੇ ਤੇੜੇ ਜਿੰਨਾ ਵੀ ਖਤਰਨਾਕ ਜਾਨਵਰ ਹੈ ਉਸ ਨੂੰ ਕੋਲੋਂ ਦੀ ਜਾਂ ਨੇੜੇ ਦੀ ਦੇਖ ਲੈਣ ਤਾਂ ਉਸਦੀ ਫੋਟੋ ਵੀ ਜੋ ਕਲਿੱਕ ਕਰਨਾ ਚਾਹੁੰਦੇ ਹਨ ਤਾਂ ਕਲਿੱਕ ਕਰ ਲੈਣ।